ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਹੋਇਆ 19ਵੇਂ ਦਿਨ ਵਿੱਚ ਸ਼ਾਮਲ। ਪੰਜਾਬ ਸਰਕਾਰ ਵੱਲੋਂ ਸੱਦੇ 19 ਦੇ ਸੈਸ਼ਨ ਵਿੱਚ ਅਗਰ ਕਿਸਾਨਾਂ ਦੇ ਹੱਕ ਵਿੱਚ ਕੋਈ ਫੈਸਲਾ ਨਾ ਲਿਆ ਗਿਆ ਤਾਂ ਕਰਾਂਗੇ ਕਾਂਗਰਸ ਦੇ ਮੰਤਰੀਆਂ ਦਾ ਵੀ ਘਰਾਓ। ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਸੈਸ਼ਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਕੋਈ ਮਤਾ ਪਾ ਕੇ ਕੇਂਦਰ ਨੂੰ ਭੇਜੇ। ਸੁਖਦਰਸ਼ਨ ਸਿੰਘ ਸਿਰਮੋਣਾ ਜੀ ਕੇ ਜੋ ਮਾਨਸਾ ਜ਼ਿਲ੍ਹਾ ਜਥੇਬੰਦੀ ਜਥੇਬੰਦੀਆਂ ਦਾ ਧਰਨਾ ਰੇਲਾਂ ਰੋਕ ਚੱਲ ਰਿਹਾ। ਪੂਰੇ ਸੰਬੰਧ ਵਿੱਚ ਚੰਡੀਗੜ੍ਹ ਵਿੱਚ ਵੱਖ ਵੱਖ ਮੀਟਿੰਗਾਂ ਹੋਈਆਂ ਔਰ 19 ਤਰੀਕ ਨੂੰ ਜਿਹੜਾ ਕੈਪਟਨ ਸਰਕਾਰ ਨੇ ਅਜਲਾਸ ਬੁਲਾਇਆ ਹੋਇਆ। ਅਸੀਂ ਕੈਪਟਨ ਸਰਕਾਰ ਨੂੰ ਇੱਕ ਛੋੜ ਦਿੱਤੀ ਹੋਈ ਹੈ। ਬੀਜੇਪੀ ਦੇ ਘਰਾਂ ਅਧਿਕਾਰੀਆਂ ਦਾ ਘਰਾਓ ਜਾਰੀ ਹੈ। 19 ਤਰੀਕ ਤੋਂ ਬਾਅਦ 20 ਤਰੀਕ ਨੂੰ ਸਾਡੀ ਮੀਟਿੰਗ ਫਿਰ ਹੋਣ ਜਾ ਰਹੀ ਹੈ। ਜੇਕਰ ਕੈਪਟਨ ਸਰਕਾਰ ਨੇ ਕਿਸਾਨ ਦੇ ਹੱਕ ਦੇ ਵਿੱਚ ਮਤਾ ਨਾ ਪਾਇਆ ਤਾਂ ਅਸੀਂ ਕੈਪਟਨ ਸਰਕਾਰ ਦੇ MLA ਦੇ ਘਰਾਂ ਦਾ ਵੀ ਘਰਾਓ ਜਾਰੀ ਰੱਖਾਂਗੇ। ਹਾਂਜੀ, ਮੇਰਾ ਨਾਮ ਜਗਸੀਰ ਸਿੰਘ ਆ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ। ਅਸੀਂ ਜਿਹੜਾ ਰੇਲ ਰੋਕੋ ਪ੍ਰੋਗਰਾਮ ਕੀਤਾ ਜੀ 1 ਤਰੀਕ ਤੋਂ ਲੈ ਕੇ ਅੱਜ 18 ਤਰੀਕ ਹੋ ਗਈ। ਕਿਸਾਨ ਆ ਜਿਹੜੇ ਡਟੇ ਹੋਏ ਆ ਰੇਲਾਂ ਤੇ, ਤੇ ਸਰਕਾਰ ਆ ਜਿਹੜੀ ਉਹ ਕਿਸਾਨਾਂ ਨੂੰ ਠਾਉਣ ਦੇ ਹੱਥ ਕੰਡੇ ਪਾ ਰਹੀ ਹੈ। ਜਿਵੇਂ ਹੁਣ ਝੋਨਾ ਦਾ ਸੀਜ਼ਨ ਹੈ, ਝੋਨਾ ਕਿਸਾਨਾਂ ਨੇ ਪੰਜਾਬ ਦੇ ਵਿੱਚੋਂ ਵੱਢ ਕੇ ਪੰਜਾਬ ਦੀਆਂ ਮੰਡੀਆਂ 'ਚ ਸਿੱਟਣਾ ਤੇ ਮੰਡੀਆਂ 'ਚੋਂ ਸੈਲਰਾਂ ਦੇ ਜਾਣਾ। ਤੇ ਸਰਕਾਰ ਨੇ ਕੀ ਕੀਤਾ, ਬਾਹਰੋਂ ਯੂਪੀ 'ਚੋਂ ਬਿਹਾਰ 'ਚੋਂ ਜਿਹੜਾ ਝੋਨਾ ਹੈ ਉਹ ਪੰਜਾਬ ਦੇ ਵਿੱਚ ਸੈਲਰਾਂ 'ਚ ਆ ਰਿਹਾ, ਜਿਹੜਾ ਕਿ ਕਿਸਾਨਾਂ ਵਾਸਤੇ ਬਹੁਤ ਹੀ ਘਾਤਕ ਹੈ। ਕਿਉਂਕਿ ਜਿਹੜਾ ਸਾਡਾ ਝੋਨਾ ਹੈ, ਅਸੀਂ ਆਪਦਾ ਝੋਨਾ ਆਪਦੇ ਸੈਲਰਾਂ 'ਚ ਲਾਉਣਾ ਹੈ ਤਾਂ ਕਿ ਜਿਹੜਾ ਬਾਹਰੋਂ ਝੋਨਾ ਆ ਕੇ ਸੈਲਰ ਪਹਿਲੇ ਭਰ ਜਾਣਗੇ ਤੇ ਜਿਹੜਾ ਪੰਜਾਬ ਦਾ ਝੋਨਾ ਹੈ ਉਹਦੇ ਪਿੱਛੇ ਫਿਰ ਸਾਨੂੰ ਸੰਘਰਸ਼ ਕਰਨਾ ਪੈਣਾ ਹੈ, ਫਿਰ ਲੜਾਈ ਦੇਣੀ ਪੈਣੀ ਹੈ। ਸਾਡੀ ਹੁਣ ਦੋ ਪਾਸੇ ਲੜਾਈ ਹੈ, ਜਿਹੜਾ ਬਾਹਰੋਂ ਝੋਨਾ ਆਉਂਦਾ ਉਹਦੇ 'ਤੇ ਵੀ ਸਾਡੀ ਲੜਾਈ ਹੈ। ਸਾਡੇ ਵਰਕਰ ਡਟੇ ਹੋਏ ਆ, ਟਰੈਕਟਰ ਘੇਰੇ ਆ, ਜਿਹੜੇ ਘੋੜੇ ਆ 8-10 ਉਹ ਵੀ ਘੇਰੇ ਆ, ਉਹਨਾਂ ਦੇ ਪਰਚੇ ਦਰਜ ਕਰਾਉਣੇ ਆ। ਹੋਰ ਵੀ ਜਿਹੜਾ ਬਾਹਰੋਂ ਆਊਗਾ ਉਹ ਵੀ ਇਸੇ ਤਰ੍ਹਾਂ ਜਿਹੜਾ ਝੋਨਾ ਬਾਹਰੋਂ ਆਊਗਾ ਉਹਨਾਂ 'ਤੇ ਘੇਰ ਕੇ ਅਸੀਂ ਜਥੇਬੰਦੀਆਂ ਪਰਚੇ ਦਰਜ ਕਰਾਵਾਂਗੇ ਤਾਂ ਕਿ ਜਿਹੜਾ ਕਿਸਾਨਾਂ ਦਾ ਪੰਜਾਬ ਦਾ ਝੋਨਾ ਹੈ ਉਹ ਰੁਲੇ ਨਾ, ਉਹਨਾਂ ਨੂੰ ਸਹੀ ਮੁੱਲ ਮਿਲ ਸਕੇ, ਸਹੀ ਕੀਮਤ ਮਿਲ ਸਕੇ, ਇਸ ਕਰਕੇ ਸਾਡਾ ਸੰਘਰਸ਼ ਜਾਰੀ ਹੈ। ਹਾਂਜੀ, ਮੈਂ ਹਰਵਿੰਦਰ ਸਿੰਘ, ਫਰੀਦਕੋਟ ਕੋਟਲੀ, ਭਾਰਤੀ ਕਿਸਾਨ ਮੋਰਚਾ ਕਟੌਂਦਾ ਸੰਗਤ ਬਲਾਕ ਦਾ ਪ੍ਰਧਾਨ ਜੀ। ਅਸੀਂ ਜੀ ਲਗਾਤਾਰ 1 ਤਰੀਕ ਤੋਂ ਲੈ ਕੇ ਅੱਜ 18 ਤਰੀਕ ਦੇ ਤੱਕ ਪਹੁੰਚ ਗਏ ਹਾਂ ਰੇਲਵੇ ਲਾਈਨਾਂ ਬਠਿੰਡਿਆਂ 'ਤੇ। ਇਸ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਰਮਾਇਸ਼ ਪੰਪ ਟੋਲ ਪਲਾਜ਼ੇ ਘੇਰੇ ਹੋਏ ਨੇ। ਹੁਣ ਅਸੀਂ ਕੱਲ੍ਹ ਪਹਿਲਾਂ ਇੱਥੇ ਜਿਹੜੀ ਆਪਣਾ ਫਾਰਮਲ ਪਲਾਂਟ ਹੈ ਬਠਿੰਡਾ ਮੇਨ, ਇਸ 'ਤੇ ਵੀ ਸਾਨੂੰ ਪਤਾ ਲੱਗਿਆ ਵੀ ਇਹ ਮੌਜੂਦਾ ਕੈਪਟਨ ਸਰਕਾਰ ਨੇ ਆਪਦੇ ਭਾਈਵਾਲਾਂ ਨੂੰ ਮਨਪ੍ਰੀਤ ਦੇ ਵੀ ਹਿੱਸੇਦਾਰੀ ਵਿੱਚ ਦੱਸਦੇ ਹਾਂ ਵੀ 1 ਰੁਪਈਏ ਦੇ ਲੀਜ਼ 'ਤੇ 33 ਸਾਲਾਂ ਵਾਸਤੇ ਦੇ ਦਿੱਤਾ, ਜਿਹੜੀ ਬਹੁਤ ਵੱਡੀ ਖਤਰਨਾਕ ਗੱਲ ਹੈ ਇਹ। ਕਿਉਂਕਿ ਜਿਹੜੀ ਇਹ ਜ਼ਮੀਨ ਸੀ ਲੋਕਾਂ ਨੇ ਉਦੋਂ ਸਿਰਫ ਬਿਜਲੀ ਗ੍ਰਿੱਡ ਵਾਸਤੇ ਲੋਕਾਂ ਨੂੰ ਚਾਨਣਾ ਵਾਸਤੇ ਫ੍ਰੀ ਰੇਟ ਮੰਗ ਦਿੱਤੀ ਸੀ। ਅੱਜ ਇਹਨਾਂ ਨੇ ਚਿਰ ਵਰਤ ਕੇ ਲੋਕਾਂ ਨੂੰ ਆਪਦੇ ਚਹੇਤਿਆਂ ਨੂੰ ਜਿਹੜੀ ਹਜ਼ਾਰਾਂ ਰੁਪਈਆਂ ਦੇ ਹਿਸਾਬ ਨਾਲ ਗੱਲ ਦਾ ਇਹਦਾ ਰੇਟ ਹੈ ਅੱਜ ਆਪਦੇ ਚਹੇਤਾਂ ਨੂੰ ਵੇਚਤੀ। ਹੁਣ ਇਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਕੱਲ੍ਹ ਨੂੰ ਇੱਥੇ ਕੋਈ ਕੰਪਨੀ ਆ ਰਹੀ ਹੈ ਇਸ ਦੇ ਵਿੱਚ। ਅਸੀਂ ਹਰ ਹਾਲਤ ਇੱਥੇ 31 ਕਿਸਾਨ ਜਥੇਬੰਦੀਆਂ ਵੱਲੋਂ ਜਦੋਂ ਵੀ ਕੰਪਨੀ ਉੱਥੇ ਅਧਿਕਾਰੀ ਖਰੀਦਣ ਨੂੰ ਆਉਣਗੇ ਜਾਂ ਵੀ ਆਪਦੀ ਹੋਰ ਵਿਚਾਰ ਕਰਨਗੇ, ਹਰ ਹਾਲਤ ਅਸੀਂ ਜਥੇ ਲੈ ਕੇ ਉੱਧਰ ਉਹਨਾਂ ਦੇ ਘਰਾਂ ਨੂੰ ਵੀ ਪਹੁੰਚਾਂਗੇ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।